ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪੂਰੇ ਪੰਜਾਬ ਵਿੱਚ ਹਰਿਆਵਲ ਨੂੰ ਵਧਾਉਣ ਦੇ ਲਈ ਉਪਰਾਲੇ ਕੀਤੇ ਗਏ ਹਨ। ਇਸੇ ਤਹਿਤ ਪਟਿਆਲਾ ਦੇ ਗੁਰਦੁਆਰਾ ਨਾਨਕਸਰ ਕੁਟੀਆ ਦੇ ਮਹਾਂਪੁਰਸ਼ਾਂ ਵੱਲੋਂ ਸ਼ਹਿਰ ਦੀਆਂ ਤਕਰੀਬਨ 20 ਐਜੂਕੇਸ਼ਨ ਸੁਸਾਇਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪਟਿਆਲਾ ਦੇ ਸੰਗਰੂਰ ਬਾਈਪਾਸ ਦੇ ਵਿਖੇ 550 ਦੇ ਕਰੀਬ ਬੂਟੇ ਲਾਏ ਗਏ। ਇਸ ਮੌਕੇ ਗੱਲਬਾਤ ਕਰਦੇ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਉਹ ਇਸ ਮੁਹਿੰਮ ਦੇ ਵਿੱਚ ਹਿੱਸਾ ਪਾ ਰਹੇ ਨੇ। ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਬੇਟਾ, ਪੁੱਛਿਆ ਗਿਆ, ਕਿੱਦਾਂ ਮਹਿਸੂਸ ਕਰਦੇ ਹੋ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ। ਇਸ ਨਾਲ ਕਿਆ ਹੁੰਦਾ ਹੈ, ਇੱਕ ਤਾਂ ਜਿਹੜੇ ਪਰਸਨਸ ਆ ਉਹਨਾਂ ਨੂੰ ਆਕਸੀਜਨ ਪ੍ਰੋਵਾਈਡ ਹੁੰਦੀ ਹੈ, ਅਤੇ ਦੂਜਾ ਆਲ੍ਹਣੇ ਪਸ਼ੂ ਪੰਛੀਆਂ ਦੀ ਉਹਨਾਂ ਦੀ ਛਾਂ ਹੇਠ ਬੈਠ ਸਕਦੇ ਆ। ਮਤਲਬ ਗੌਰਮੈਂਟ ਨੇ ਜਿੱਦਾਂ ਮਤਲਬ ਲੋਕ ਜਿਹੜੇ ਨੇ ਅੰਨੇ ਵਾਰਤਾ ਮੰਜ ਕੇ ਚਲਾਉਂਦੇ ਆਉਂਦੇ ਨੇ ਕਾਰ ਲੱਗੇ, ਮਤਲਬ ਦੌੜ ਬਣੀ ਰਹਿ ਚੁੱਕੀ ਆਪਣੀ ਜ਼ਿੰਦਗੀ। ਖਾਲਸਾ ਵਾਹਿਗੁਰੂ ਦੇ ਪਹਿਲਾ ਸਤਨਾਮਾ ਪਟਿਆਲਾ ਵੱਲੋਂ ਕੀਤਾ ਗਿਆ ਹੈ। ਹਰਗੋਬਿੰਦ ਸਿੰਘ ਜੀ ਸਾਡੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਡੇ 500 ਬੂਟਾ ਜੋ ਕਿ ਇੱਥੇ ਸੰਗਰੂਰ ਬਾਈਪਾਸ ਰੋਡ 'ਤੇ ਸੰਗਤਾਂ ਸੰਗਰੂਰ ਨਾਲ ਅਤੇ ਕਾਲਜਾਂ ਦੇ ਬੱਚਿਆਂ ਨੂੰ ਉਤਸ਼ਾਹ ਕਰਕੇ ਉਹਨਾਂ ਦੇ ਨਾਲ ਰਲ ਮਿਲ ਕੇ ਇਹ ਬੂਟਾ ਜਿਹੜਾ ਜੀ ਦੁਬਾਰਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਾਰਗ ਦੇ ਪ੍ਰਕਾਸ਼ ਦੇ ਮਨਾਉਣ ਦੇ ਵਾਸਤੇ ਅਤੇ ਬਾਬਾ ਚਰਨ ਸਿੰਘ ਨਾਨਕ ਕੁਟੀਆ ਇਹ ਉਪਰਾਲਾ ਖਤਮ ਕੀਤਾ ਗਿਆ। ਅੱਜ ਬਹੁਤ ਹੀ ਚੰਗਾ ਦਿਨ ਹੈ, ਬੜੇ ਪਾਕੇ ਦਿਨ ਨੇ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਮਨਾਉਂਦੇ ਹਾਂ। ਨਾਨਕਸਰ ਕੁਟੀਆ ਵੱਲੋਂ ਪਟਿਆਲਾ ਸ਼ਹਿਰ ਦੇ 19 ਕਾਲਜ ਅਤੇ ਯੂਨੀਵਰਸਿਟੀ ਨਾਲ ਮਿਲ ਕੇ ਸੰਗਰੂਰ ਬਾਈਪਾਸ ਪਟਿਆਲਾ ਦੇ ਨੇੜੇ ਅਰਬਨ ਸਿਟੀ ਵਿਖੇ 550 ਬੂਟੇ ਲਗਾਏ ਗਏ, ਜਿਸ ਵਿੱਚ ਅਣਗਿਣਤ ਵਿਦਿਆਰਥੀਆਂ ਨੇ 550 ਸਟੂਡੈਂਟਸ ਨੇ ਮਿਲ ਕੇ ਹਾਜ਼ਰੀ ਭਰੀ, ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਬੂਟਿਆਂ ਲਗਾਉਣ ਦੀ ਸ਼ੁਰੂਆਤ ਹੋਈ।